ਅੱਛਾ ਅਦਲ ਇਹ ਨੁਕਰਾ ਕਿਹੜਾ ਜੀ ਇਹ ਜਗ ਸਿੰਘਾਰ ਦਾ ਬੱਚਾ ਹੈ ਜੀ ਜਗ ਸਿੰਘਾਰ ਦਾ ਬੱਚਾ ਜੀ ਇਹ ਹੁਣ ਪਾਣੀ ਲੱਗਦਾ ਪਿਆ ਨਵਾਂ ਜੀ ਇਹ ਐਸੇ ਕੌਣ ਚੜਦਾ ਮੈਂ ਹੀ ਚੜਦਾ ਪਿਆ ਠੀਕ ਹੈ ਤੇ ਬਜਾਂਦਾ ਕੌਣ ਮੇਲੇ ਇਹ ਜੀ ਕੋਈ ਨਹੀਂ ਹਲੇ ਤੱਕ ਮੇਲੇ ਕਿਥੇ ਜੀ ਨਹੀਂ ਪਾਏ ਜੀ ਇਹ ਤੇ ਦੋ ਕੁੱਲਾ ਜੀ ਸਤ ਇਹ ਕੁੱਲਾ ਕਿਹੜਾ ਜੀ ਇਹ ਕੁੱਲਾ ਜੀ ਗੋਲੇ ਨਰਗਾਣੇ ਵਾਲੇ ਘੋੜੇ ਦਾ ਬੱਚਾ ਜੀ ਆਪਣੇ ਛੋਟੇ ਸਾਵੇ ਦਾ ਬਿਰਾ ਜੀ ਆਪਣੇ ਸਾਵੇ ਦਾ ਬਿਰਾ ਜੀ ਸਭ ਸਾਵੇ ਦਾ ਬਿਰਾ ਹੋਵੇ ਜੀ ਠੀਕ ਹੋ ਗਿਆ ਇਹ ਦੋ ਘੋੜੇ ਹੁਣ ਹਲੇ ਤੱਕ वकील आले चंबे दा पोतरा हो गया जी 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 गुलामे नजर होया जी वारिस आले घोड़े दा पोतरा होया जी वारिस परवाने दा परवाने आले दा जी ते दा केड़ा सी देसन दे राज्य दा दोतरा होया जी सावा जी ए सावा जी ठीक हो गया उपरले मुश्किल सार कोई जानदा ਇਹ ਸਾਵਾ ਜੀ ਇਹ ਵੀ ਹੋ ਗਿਆ ਸੁੱਲੇ ਨਾਲ ਗਾਣੇ ਵਾਲਾ ਜੀ ਇਹ ਵੀ ਸੁੱਲੇ ਵਾਲੇ ਦਾ ਬੱਚਾ ਜੀ ਸਾਵਾ ਠੀਕ ਹੋ ਗਿਆ ਜੀ ਇਹ ਉਮਰ ਕਿਤਨਾ ਜੀ ਇਹ ਜੀ 5 ਲੱਗਦਾ ਠੀਕ ਹੈ ਜੀ ਇਹ ਤੇ ਉਹ ਸਾਵਾ ਬਸ ਹਮ ਉਮਰ ਹੀ ਇਹ ਇਹ ਵੱਜ ਗਿਆ ਜੀ ਇਹ ਦੋਏ ਵੱਜੇ ਹੋਏ ਭਰਾ ਜੀ ਠੀਕ ਹੋ ਗਿਆ ਜੀ ਉਹ ਜਿਹੜੇ ਪਰੋ ਦੋਏ ਖੱਲੇ ਕੁੱਲਾ ਤੇ ਨੁਕਰਾ ਜੀ ਉਹ ਹਲੀ ਹੁਣ ਵਜਾਣੇ ਦੀ ਹੁਣ ਤਿਆਰ ਕਰਦੇ ਪਏ ਇਹ ਪਵਨ ਹੋ ਗਿਆ ਜੀ ਇਹ ਪਵਨ ਹੋਇਆ ਜੀ ਇਹ ਇਹ ਭਾਈ ਅਰਸ਼ਦ ਬੜਾ ਚਨ ਸਾਰਾ ਨਾਲ ਮਸ਼ਹੂਰ ਕੋੜਾ ਜੀ ਹਾਂ ਸਾਰੇ ਜਾਣਦੇ ਨੇ ਇਹ ਕਿਹੜੇ ਘੋੜਿਆਂ ਚ ਕਿਹੜੇ ਘੋੜੇ ਤੇ ਇਹ ਮਸਤਾਨਾਂ ਦੇ ਵਿੱਚ ਹੋਏ ਜੀ ਠੀਕ ਹੋ ਗਿਆ ਜੀ ਇਹ ਉੱਥੇ ਕੁਰੇਸ਼ੀਆਂ ਕੋਲੋਂ ਘੋੜਾਵਾਈ ਜੀ ਜੰਗ ਜੰਗ ਜੀ ਥਾਣੇ ਮਸਣ ਠੀਕ ਹੈ ਜੀ ਥਾਣੇ ਕੁਰੇਸ਼ੀਆਂ ਕੋਲ ਜੀ ਠੀਕ ਉਹਦਾ ਬੱਚਾ ਉਹਦਾ ਬੱਚਾ ਹੋਇਆ ਜੀ ਠੀਕ ਹੈ